ਇੰਡੀਆ ਕ੍ਰਾਈਮ ਨਿਊਜ਼, ਮੈਂ ਹਾਂ ਰਿੰਕੂ ਰਾਜਾ, ਮੇਰੇ ਨਾਲ ਨੇ ਮੀਡੀਆ ਇੰਚਾਰਜ ਮੈਡਮ ਨਰਿੰਦਰ ਕੌਰ ਪਰਿਵਾਲ। ਅੱਜ ਅਸੀਂ ਸਿਟੀ ਥਾਣਾ ਬਟਾਲਾ ਵਿਖੇ ਪਹੁੰਚੇ ਹਾਂ। ਮੁੱਦਾ ਤੁਹਾਨੂੰ ਦੱਸ ਦਿੰਦੇ ਹਾਂ, ਬੀਤੇ ਦਿਨੀ ਲੋਕ ਇਨਸਾਫ ਪਾਰਟੀ ਹਲਕਾ ਪ੍ਰਧਾਨ ਵਿਜੇ ਤਰੇਨ ਬਟਾਲਾ ਵੱਲੋਂ ਕੁਝ ਬਟਾਲੇ ਦੇ ਮੁੱਦੇ ਨੂੰ ਲੈ ਕੇ, ਕੁਝ ਗੰਦਗੀ ਨੂੰ ਲੈ ਕੇ ਗਾਂਧੀ ਚੌਂਕ ਲਗਾਤਾਰ 5 ਤੋਂ 6 ਘੰਟੇ ਜਾਮ ਕੀਤਾ ਗਿਆ ਸੀ। ਉਸ ਸੰਬੰਧ ਵਿੱਚ ਪੁਲਿਸ ਨੇ ਉਹਨਾਂ 'ਤੇ ਪਰਚੇ ਕੀਤੇ ਆ, ਜਿਹਨਾਂ ਧਾਰਾਵਾਂ ਤੁਹਾਨੂੰ ਦੱਸ ਦਿੰਦਾ, 283, 184, 341, 431, 448 ਅਤੇ 449। ਅੱਜ ਉਹਨਾਂ ਧਾਰਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਜਿਹੜੇ ਹਲਕਾ ਪ੍ਰਧਾਨ ਨੇ ਵਿਜੇ ਤਰੇਨ ਨਾਲ, ਉਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਕੌਰ ਚਾਹਲ ਅਤੇ ਸਿਟੀ ਪ੍ਰਧਾਨ ਗੁਰਜੀਤ ਕੌਰ, ਉਹ ਵੀ ਇਸ ਥਾਣੇ ਵਿੱਚ ਆਪਣੀ ਗ੍ਰਿਫਤਾਰੀ ਦੇਣ ਵਾਸਤੇ ਪਹੁੰਚੇ ਸਨ, ਪਰ ਪੁਲਿਸ ਨੇ ਅਜੇ ਤੱਕ ਉਹਨਾਂ ਨੂੰ ਅਰੈਸਟ ਨਹੀਂ ਕੀਤਾ। ਇੱਥੇ ਉਹਨਾਂ ਲਗਭਗ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ, ਔਰ ਵਿਜੇ ਤਰੇਨ ਨੇ ਸਪਸ਼ਟ ਕਿਹਾ ਕਿ ਉਹ ਲੋਕ ਹਿੱਤਾਂ ਦੀ ਲੜਾਈ ਲੜਦੇ ਰਹਿਣਗੇ, ਉਹ ਆਪਣੇ ਨਿੱਜੀ ਸਵਾਰਥ ਵਾਸਤੇ ਉੱਥੇ ਨਹੀਂ ਸਨ ਪਹੁੰਚੇ ਗਾਂਧੀ ਚੌਂਕ ਵਿੱਚ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਹੋਰ ਬਹੁਤ ਸਾਰੀਆਂ ਪਾਰਟੀਆਂ ਨੇ ਲਗਾਤਾਰ ਬੀਤੇ ਦਿਨਾਂ ਵਿੱਚ, ਬੀਤੇ ਸਾਲਾਂ ਵਿੱਚ ਗਾਂਧੀ ਚੌਂਕ ਨੂੰ ਕਾਫੀ ਦੇਰ ਤੱਕ ਜਾਮ ਕੀਤਾ ਸੀ, ਪਰ ਇਹ ਜਿਹੜਾ ਅੱਜ ਪਰਚਾ ਹੋਇਆ ਇਹ ਕਿਸੇ ਸਿਆਸੀ ਰੰਜਿਸ਼ ਦੇ ਤਹਿਤ ਹੋਇਆ। ਇਹ ਮੁੱਦਾ ਹੁਣ ਕਿੱਥੇ ਤੱਕ ਜਾਂਦਾ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਉੱਧਰ ਜਦੋਂ SHO ਸਿਟੀ ਸਰਦਾਰ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਇਹ ਆਪਣੀ ਜ਼ਮਾਨਤ ਚਾਹੁੰਦੇ ਹੈ ਤਾਂ ਇਹਨਾਂ ਜ਼ਮਾਨਤ ਦਿੱਤੀ ਜਾਏਗੀ, ਨਹੀਂ ਤਾਂ ਗ੍ਰਿਫਤਾਰ ਕਰਨ ਵਾਸਤੇ ਮਜਬੂਰ ਕਰਦੇ ਆ ਤਾਂ ਅਸੀਂ ਗ੍ਰਿਫਤਾਰੀ ਵੀ ਕਰਾਂਗੇ। ਹੁਣ ਇਹ ਮੁੱਦਾ ਜਿਹੜਾ ਬਟਾਲੇ ਡਿਵੈਲਪਮੈਂਟ ਦਾ ਵਿਕਾਸ ਤੱਕ ਤੱਕ ਪਹੁੰਚਦਾ ਹੈ, ਵੇਖ ਲਓ, ਅਪਡੇਟ ਦਿੰਦੇ ਰਹਾਂਗੇ ਆ ਚੈਨਲ ਇੰਡੀਆ ਕ੍ਰਾਈਮ ਨਿਊਜ਼। ਸਰਦਾਰ ਰੁਪਿੰਦਰ ਸਿੰਘ ਜੀ ਘੁੰਮਣ ਸਾਹਿਬ SSP ਸਾਹਿਬ ਕੋਲੋਂ ਤੇ ਪੁੱਛਦਾ ਵਾ ਕਿ ਤੁਸੀਂ ਇੰਨੇ ਸੀਨੀਅਰ ਅਫਸਰ, ਇੰਨੇ ਸੂਝਵਾਨ ਅਫਸਰ, ਤੁਸੀਂ ਗਾਂਧੀ ਚੌਂਕ ਬਹਿਣ ਦਾ ਜਨਤਾ ਤੇ ਪਰਚਾ ਦੇ ਦਿੱਤਾ, ਲੋਕ ਇਨਸਾਫ ਪਾਰਟੀ ਦੇ ਕਿਸ ਚੀਜ਼ ਦਾ ਪਰਚਾ ਦੇ ਦਿੱਤਾ? ਜਾਂ ਤਾਂ ਕੋਈ ਅੱਜ ਤੱਕ ਪਰਚਾ ਦਿੱਤਾ? ਹਰ ਰਾਜਨੀਤੀ ਵਾਲਾ ਜਿਹੜਾ ਵੀ ਕੋਈ ਸਾਡਾ ਲੀਡਰ ਭਰਾ ਏ ਬਟਾਲੇ ਦਾ, ਉਹ ਆਪਣੇ ਹੱਕ ਲੈਣ ਵਾਸਤੇ ਗਾਂਧੀ ਚੌਂਕ ਬਹਿੰਦਾ ਏ, ਅੱਜ ਤੱਕ ਕੋਈ ਪਰਚਾ ਹੋਇਆ? ਇਹ ਪਹਿਲ ਵਿਜੇ ਤਰੇਨ ਦੇ ਕਿਉਂ ਹੋਈ? ਇਹ ਲੋਕ ਇਨਸਾਫ ਪਾਰਟੀ ਦੇ ਕਿਉਂ ਪਹਿਲ ਹੋਈ? ਕਿਉਂ? ਕਿਉਂਕਿ ਲੋਕ ਇਨਸਾਫ ਪਾਰਟੀ ਗਰੀਬਾਂ ਦੇ ਹੱਕ ਵਾਸਤੇ ਅਤੇ ਗਰੀਬਾਂ ਦੇ ਹਿੱਤਾਂ ਵਾਸਤੇ ਲੜੀ। ਇਸ ਕਰਕੇ ਇੰਨੀ ਮਾੜੀ ਹਰਕਤ, ਇਹ ਬਹੁਤ ਮਾੜੀ ਗੱਲ ਹੈ। ਮੈਂ ਇਸ ਗੱਲ ਨੂੰ ਬੜੀ ਨਿੰਦਿਆ ਕਰਦਾ, ਮੈਂ ਪੰਜਾਬ ਪੁਲਿਸ ਨੂੰ ਸਲੂਟ ਕਰਦਾ, ਮੈਂ ਅੱਜ ਵੀ ਕਰਦਾ, ਇਹੋ ਜਿਹੀ ਕੋਈ ਗੱਲ ਨਹੀਂ। ਪਰ ਕਿਸੇ ਦੇ ਦਬਾਅ 'ਤੇ ਆ ਕੇ, ਕਿਸੇ ਲੀਡਰ ਵੱਡੇ ਦੇ ਦਬਾਅ 'ਤੇ ਆ ਕੇ, ਅਫਸਰ ਸਾਹਿਬ SSP ਸਾਹਿਬ ਦੇ ਨਾ ਮੰਨੇ ਅਤੇ DGP ਸਾਹਿਬ ਦੀ ਨਾ ਭਾਵੇਂ ਮੰਨੇ, ਤੁਸੀਂ ਕਪਤਾਨ ਜੇ ਬਟਾਲੇ ਦੇ, ਤੁਹਾਨੂੰ ਪਤਾ ਬਟਾਲੇ ਕੀ ਹੋ ਰਿਹਾ, ਕਿਹੜਾ ਇਨਸਾਨ ਕਿਸ ਤਰ੍ਹਾਂ ਦਾ? ਅਸੀਂ ਕੋਈ ਕ੍ਰਿਮੀਨਲ? ਅਸੀਂ ਤੁਹਾਨੂੰ ਨਸ਼ੇ ਨਹੀਂ ਬਣਾਉਂਦੇ? ਫਿਰ ਦੱਸੋ, ਤੁਹਾਨੂੰ ਵਟਸਐਪ 'ਤੇ ਸਾਰੀਆਂ ਚੀਜ਼ਾਂ ਭੇਜੀਆਂ ਕਿ ਫਲਾਣਾ ਬੰਦਾ ਗਲਤ, ਇਹਨੂੰ ਠੋਕੋ, ਫਲਾਣਾ ਮਾੜਾ ਇਨਸਾਨ, ਇਹਨੂੰ ਠੋਕੋ, ਅਤੇ ਅਸੀਂ ਜੇ ਮਾੜੇ ਹਾਂ ਸਾਡੇ 'ਤੇ ਹੋਰ FIR ਦਿਓ। ਪਰ ਕਿਸ ਗੱਲੋਂ ਮਾੜੇ? ਇਸ ਕਰਕੇ ਕਿ ਸਾਡੇ ਮਲਾਵੇ ਦੀ ਕੋਠੀ ਵਾਲੇ ਭੈਣਾਂ ਭਰਾ, ਮੇਰੀਆਂ ਮਾਤਾ, ਮੇਰੇ ਬਜ਼ੁਰਗ, ਜਿਨ੍ਹਾਂ ਨੂੰ ਵੇਖ ਕੇ ਮੈਨੂੰ ਰੋਣ ਆਉਂਦਾ, ਮੇਰੀਆਂ ਅੰਦਰਾਂ ਤੜਫਦੀਆਂ, ਅਤੇ ਉਹਨਾਂ ਨੂੰ ਤੜਫਦੀਆਂ ਅੰਦਰਾਂ ਨੂੰ ਲੈ ਕੇ ਮੈਂ ਗਾਂਧੀ ਚੌਂਕ ਆਪਣੇ ਲੀਡਰ ਵੀਰਾਂ ਨੂੰ ਨਾਲ ਲੈ ਕੇ ਆਉਂਦਾ। ਜੇ ਜਨਤਾ ਆਈ ਤਾਂ ਜਨਤਾ ਨੂੰ ਤੁਸੀਂ ਭਜਾ ਦਿੱਤਾ, ਸੋਟੀਆਂ ਵਿਖਾ ਕੇ, ਪੁਲਿਸ ਨੇ ਦਬਕੇ ਮਾਰ ਕੇ, ਮੇਰਾ ਸਿੰਘਮ ਭਰਾ ਜਿਹਨੂੰ ਮੈਂ ਕਹਿੰਦਾ DSP ਸਿੰਗਲਾ ਜੀ, ਉਹਨਾਂ ਨੇ ਭਜਾ ਦਿੱਤਾ ਮੇਰੀਆਂ ਭੈਣਾਂ ਭਰਾਵਾਂ ਨੂੰ। ਗੱਲ ਕਰੋ ਹੱਕ ਦੀ, ਸੱਚ ਦੀ, ਹਮੇਸ਼ਾ ਤੁਸੀਂ ਕਰਦੇ ਜੇ, ਅਤੇ ਕੱਲ੍ਹ ਕਿਉਂ ਮੇਰੇ ਨਾਲ ਧੱਕਾ ਕੀਤਾ? ਕੱਲ੍ਹ ਪਰਸੋਂ ਕਿਉਂ ਭਜਾਈ ਸਾਰੀ ਜਨਤਾ? ਅਤੇ ਮੇਰਾ ਧਰਨਾ ਜਦੋਂ ਛੋਟਾ ਰਹਿ ਗਿਆ ਅਤੇ ਦੁਕਾਨਦਾਰ ਵੀਰਾਂ ਨੂੰ ਅੱਗੇ ਲਾ ਕੇ ਸਿਆਸੀ ਦਬਾਵਾਂ ਦੇ ਵਿੱਚ ਪਾ ਕੇ, ਅਤੇ ਫਿਰ ਤੁਸੀਂ ਧਰਨੇ ਨੂੰ ਚੁੱਕਣ ਦੇ ਪ੍ਰਬੰਧ ਕੀਤੇ, ਪਰ ਮੈਂ ਉਹਨਾਂ ਦੁਕਾਨਦਾਰ ਵੀਰਾਂ ਦਾ, ਚਾਹੇ ਉਹ ਜਿਹੜੇ ਵੀ ਸਿਆਸੀ ਨੇ ਚਾਹੇ ਕੁਛ ਵੀ ਨੇ, ਪਰ ਉਹ ਹੈ ਤਾਂ ਬਟਾਲੇ ਦੇ ਦੁਕਾਨਦਾਰ। ਗ੍ਰਿਫਤਾਰੀ ਦੇਣ ਆਏ ਹੁਣ ਤਾਂ ਹੁਣ ਕੀ ਇੱਥੇ ਮੇਰੀ ਗ੍ਰਿਫਤਾਰੀ ਕਰ ਹੀ ਨਹੀਂ ਰਹੇ?
ਮੈਂ ਤਰਲੇ ਲੈਣ ਡਿਆ, SHO ਸਾਹਿਬ ਨੂੰ ਫੋਨ ਲਾਉਣ ਡਿਆ, ਉਹਨਾਂ ਦਾ ਫੋਨ ਨਾਟ ਰੀਚੇ ਪਹਿਲਾਂ। ਮੈਂ SSP ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਸਾਡੀ ਆਵਾਜ਼ ਤੁਹਾਡੇ ਤੱਕ ਜਾ ਰਹੀ ਹੈ, ਦਾਸ ਤੁਹਾਡਾ ਹਮੇਸ਼ਾ ਵਾਸਤੇ ਦਾਸ ਹੈ, ਤੁਸੀਂ ਦਾਸ ਨੂੰ ਦਿਓ ਅੰਦਰ। ਪਰ ਮੇਰੇ ਹੱਕ ਸੱਚ ਦੀ ਜਿਹੜੀ ਮੈਂ ਲੜਾਈ ਲੜਨਾ ਆ, ਮੇਰੀ ਜਨਤਾ ਦੀ, ਮੇਰੀਆਂ ਭੈਣਾਂ ਦੀ, ਮੇਰਿਆਂ ਭਰਾਵਾਂ ਦੀ, ਮੇਰੀਆਂ ਮਾਤਾਵਾਂ ਦੀ ਅਤੇ ਮੇਰੇ ਬਜ਼ੁਰਗਾਂ ਦੀ। SSP ਸਾਹਿਬ ਇੱਕ ਵਾਰੀ ਮਿਲਾਵੇ 'ਚ ਕੋਠੀ ਜਾਓ, ਇੱਕ ਵਾਰੀ ਉਮਰਪੁਰੇ ਦੀ ਰੋਡ ਲੰਘੋ। ਸ਼ਹਿਰ ਦੇ ਵਿਕਾਸ ਵਾਸਤੇ ਜਿਹੜਾ ਧਰਨਾ ਲਾ ਕੇ ਗਾਂਧੀ ਚੌਂਕ ਦੇ ਵਿੱਚ ਬਿਨਾਂ ਮਨਜ਼ੂਰੀ ਦੇ ਲੋਕਾਂ ਨੂੰ ਡਿਸਟਰਬ ਕੀਤਾ ਸੀ। ਉਸਦੇ ਤਹਿਸੀਲਦਾਰ ਸਾਹਿਬ ਵੀ ਆਏ ਸੀ ਮੌਕੇ ਦੇ ਉੱਤੇ, ਪਰ ਲੇਕਿਨ ਇਹ ਵਿਜੇਤ ਸੀਗੇ ਕਿ ਅਸੀਂ ਇੱਥੋਂ ਧਰਨੇ ਤੋਂ ਨਹੀਂ ਉੱਠਾਂਗੇ ਜਿੰਨਾ ਤੱਕ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ। ਪਰ ਲੇਕਿਨ ਇਹ ਜਿਹੜਾ ਕੰਮ ਆ ਕਾਫੀ ਪ੍ਰੋਸੈਸ ਲੰਮਾ ਹੁੰਦਾ, ਉਹਨਾਂ ਟੈਂਡਰ ਪਾਏ ਸਾਰਾ ਕੁਛ, ਤਹਿਸੀਲਦਾਰ ਸਾਹਿਬ ਸਾਰਾ ਕੁਛ ਨਾਲ ਲੈ ਕੇ ਆਏ ਸੀ, ਪਰ ਇਹਨਾਂ ਕੋਈ ਗੱਲ ਨਹੀਂ ਉਹਨਾਂ ਦੀ ਸੁਣੀ। ਉਹ ਕਹਿੰਦੇ ਕਿ ਅਸੀਂ ਇਹ ਗੱਲ 'ਤੇ ਤਿਆਰ ਨਹੀਂ ਹੈਗੇ, ਸਾਡਾ ਕੰਮ ਹੀ ਸ਼ੁਰੂ ਹੋਏਗਾ ਤਾਂ ਫਿਰ ਉੱਠਣਾ। ਫਿਰ ਇਹ ਵਿਜੇਤ ਹੋਣ 'ਤੇ ਜਿਹੜੇ ਦੁਕਾਨਦਾਰ ਆ ਉੱਥੋਂ ਦੇ ਗਾਂਧੀ ਚੌਂਕ ਦੇ, ਉਹਨਾਂ ਨੇ ਕਾਫੀ ਫਿਰ ਇਹਨਾਂ ਦਾ ਵਿਰੋਧ ਕੀਤਾ ਕਿ ਜਿਹੜਾ ਧਰਨਾ ਲਗਾਉਣ ਦੇ ਨਾਲ ਸਾਡੇ ਵੀ ਪਰਿਵਾਰ ਪਾਲਣੇ, ਅਸੀਂ ਤਾਂ ਆਪਣੇ ਪਰਿਵਾਰ ਪਾਲਣ ਲਈ ਕਾਤਰਾਂ ਕਿਹਾ, ਅਸੀਂ ਸਾਰਾ ਸਾਰਾ ਦਿਨ ਜੇ ਗਾਂਧੀ ਚੌਂਕ ਬੰਦ ਰੱਖਿਆ ਤਾਂ ਅਸੀਂ ਲੋਕਾਂ ਤਨਖਾਹਾਂ ਦੇਣੀਆਂ, ਬੰਦੇ ਵੀ ਰੱਖੇ ਆ, ਉਹਨੂੰ ਕਿੱਥੋਂ ਤਨਖਾਹਾਂ ਦੇਵਾਂਗੇ। ਪਰ ਇਹ ਫਿਰ ਵੀ ਉਹਨਾਂ ਦੇ ਕਹਿਣ ਦੇ ਬਾਵਜੂਦ ਜਿਹੜੇ ਨਹੀਂ ਹਟੇ, ਫਿਰ ਇਹਨਾਂ ਦੇ ਖਿਲਾਫ਼ ਜਿਹੜਾ ਆ ਰੋਡ ਰੋਕੂ 283, 188 DC ਸਾਹਿਬ ਦੀਆਂ ਹੁਕਮਾਂ ਦੀ ਲੰਘਣਾ ਕਰਨੀ, 341 ਲੋਕਾਂ ਨੂੰ ਰੋਕਣਾ, ਜਿਹੜਾ ਇਹਨਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ। ਇਹ ਅੱਜ ਅਰੈਸਟ ਪਵਾਉਣ ਵਾਸਤੇ ਥਾਣੇ ਵਿੱਚ ਆਏ ਨੇ, ਬੇਲੇ ਬਾਰ ਫੈਂਸ ਆ, ਜੇ ਇਹਦੇ ਸਾਨੂੰ ਕੋਈ ਆਪਣੇ ਜ਼ਮਾਨਤੀ ਪੇਸ਼ ਕਰਨਗੇ, ਬਰ ਜ਼ਮਾਨਤ ਰਿਹਾਅ ਕੀਤਾ ਜਾਏਗਾ। ਜੇ ਨਹੀਂ ਪੇਸ਼ ਕਰਨਗੇ ਤਾਂ ਇਲਾਕਾ ਮਜਿਸਟਰੇਟ ਸਾਹਿਬ ਦੇ ਪੇਸ਼ ਕਰਾਂਗੇ, ਜਾਂ ਇਹਨਾਂ ਨੂੰ ਕੋਈ ਨੋਟਿਸ ਦੇਵਾਂਗੇ, ਇਸ ਤਰ੍ਹਾਂ ਵੀ SHO ਸਾਹਿਬ ਸਕਿਉਰਿਟੀ ਪੁਆਇੰਟ ਆਫ ਵਿਊ ਨਾਲ ਦੇਖਿਆ, ਇਸ ਬਾਰੇ ਮੇਰੇ ਨਾਲ ਸਾਹਮਣੇ ਕੋਈ ਵੀ ਗੱਲ ਇਹੋ ਜਿਹੀ ਨਹੀਂ ਹੋਈ। ਜਦੋਂ ਮੈਂ ਉਹ ਸ਼ਾਂਤੀਪੂਰਵਕ ਕਹਿੰਦੇ ਕਿ ਮੈਂ ਆਪਣੇ ਰੈਸਟ ਪਾਉਣ ਵਾਸਤੇ ਆਇਆ ਹਾਂ, ਮੇਰੇ 11 ਸਾਥੀ ਆਏ ਨੇ, ਉਹਨਾਂ ਨੂੰ ਰੈਸਟ ਕੀਤਾ। ਹਰ ਇੱਕ ਚੀਜ਼ ਦਾ ਜਿਹੜਾ ਆ ਮੋਟੋ ਜਿਹੜਾ ਅਲੱਗ ਅਲੱਗ ਆ, ਕਿਉਂਕਿ ਇਹਨਾਂ ਨੂੰ ਵੀ ਆਪਾਂ ਬੜੀ ਬੇਨਤੀ ਕੀਤੀ ਸੀਗੀ ਵੀ ਜਿਹੜਾ ਧਰਨਾ ਹੈਗਾ ਕੁਛ ਟਾਈਮ ਵਾਸਤੇ ਲਗਾਇਆ ਜਾਵੇ, ਚਲੋ 10 ਮਿੰਟ 15 ਮਿੰਟ ਲਾ ਲਓ। ਫਿਰ ਉੱਥੇ ਮੌਕੇ 'ਤੇ ਤਹਿਸੀਲਦਾਰ ਸਾਹਿਬ ਜੇ ਤਾਂ ਕੋਈ ਅਫਸਰ ਨਾ ਪਹੁੰਚਦਾ ਤਾਂ ਫਿਰ ਤਾਂ ਆਪਾਂ ਉੱਥੇ ਗਲਤ ਸਾਂਗੇ ਕਿ ਸਾਡੇ ਕੋਈ ਬਾਤ ਪੁੱਛਣ ਵਾਸਤੇ ਕੋਈ ਵੀ ਅਫਸਰ ਨਹੀਂ ਆਇਆ। ਜੇ ਹੁਣ ਨਹੀਂ ਜੀ, ਜੇ ਤਾਂ ਉਹ ਜੇ ਤੋਂ ਗਿਆ ਹੈ ਕਿ ਵੀ ਅਸੀਂ ਗ੍ਰਿਫਤਾਰੀ ਕਰਨੀ ਆ, ਫਿਰ ਪੁਲਿਸ ਜੋ ਲੀਗਲੀ ਕਾਰਵਾਈ ਕਰਦੀ ਉਹ ਮੈਂ ਕਰੂੰਗਾ ਜੀ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ